ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਚੈਨਲ ਵਾਈ ਬਰਗਾੜੀ ਦੇ ਉਸ ਮੋਰਚੇ ਤੱਕ ਪਹੁੰਚ ਚੁੱਕਿਆ ਹੈ ਜਿਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ 22 ਦਿਨਾਂ ਤੋਂ ਇਸ ਲਗਾਤਾਰ ਇਸ ਮੋਰਚੇ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਲਗਾਤਾਰ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋ ਰਹੀ ਹੈ। ਸਾਡੇ ਨਾਲ ਧਿਆਨ ਸਿੰਘ ਮਨ ਜੀ ਨੇ ਉਹਨਾਂ ਨਾਲ ਗੱਲ ਕਰਾਂਗੇ। ਮਨ ਸਾਹਿਬ 22 ਦਿਨ ਹੋ ਚੁੱਕੇ ਨੇ, ਤੁਹਾਨੂੰ ਕੀ ਲੱਗਦਾ ਕਿ ਸਰਕਾਰ 'ਤੇ ਕਿਸ ਤਰ੍ਹਾਂ ਦਾ ਦਬਾਅ ਜਿਹੜਾ ਹੈਗਾ ਉਹ ਪਿਆ ਹੈਗਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਮੁੱਖ ਰੱਖ ਕੇ 3 ਸਾਲ ਤੋਂ ਜਿਹੜੀ ਲਗਾਤਾਰ ਹੋ ਰਹੀ ਹੈ ਮੁੱਖ ਰੱਖ ਕੇ ਮੋਰਚਾ ਲੱਗਿਆ ਹੈ। ਨਾ ਪਹਿਲੀ ਸਰਕਾਰ ਨੇ ਨਾ ਹੁਣ ਵਾਲੀ ਸਰਕਾਰ ਨੇ ਜਿਹੜੇ ਸਾਡੇ ਸਿੰਘ ਸ਼ਹੀਦ ਹੋਏ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ, ਸਾਡੀ ਕੌਮ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਫਿਰ ਆਖਰ ਗੁਰੂ ਦਾ ਵੋਟ ਆਸਰਾ ਲੈ ਕੇ, ਸੰਗਤ ਦਾ ਵੋਟ ਆਸਰਾ ਲੈ ਕੇ ਇਹ ਸਾਨੂੰ ਮੋਰਚਾ ਲਾਉਣਾ ਪਿਆ ਅਤੇ ਇਹ ਮੋਰਚਾ ਬਹੁਤ ਸੋਚ ਸਮਝ ਕੇ ਲਾਇਆ। ਮੋਰਚੇ ਹਮੇਸ਼ਾ ਫੈਸਲਾ ਕਰਦੇ ਨੇ ਔਰ ਮੈਂ ਇਹ ਵੀ ਦੱਸਦਿਆਂ ਕਿ ਇਹ ਮੋਰਚਾ ਸਾਡੀ ਆਰ ਪਾਰ ਦੀ ਲੜਾਈ ਹੈ। ਇਹ ਮੋਰਚਾ ਅਕਾਲ ਤਖਤ ਵੱਲੋਂ ਸਰਕਾਰ ਦੇ ਨਾਲ ਲੱਗਿਆ ਅਤੇ ਅਕਾਲ ਤਖਤ ਬੜਾ ਪਵਿੱਤਰ ਆ, ਸਿਧਾਂਤ ਬੜਾ ਉੱਚਾ ਸੁੱਚਾ ਅਤੇ ਜਿਹਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹ ਜਿੱਤਿਆ ਨਹੀਂ, ਹਮੇਸ਼ਾ ਅਕਾਲ ਤਖਤ ਹੀ ਜਿੱਤਿਆ, ਹੁਣ ਵੀ ਜਿੱਤੂਗਾ। ਸਰਕਾਰ ਨੂੰ ਆਪਣੀ ਜਿਹੜੀ ਆ ਕਾਰਵਾਈ ਉਹ ਕਰਨੀ ਪੈਣੀ ਹੈ। ਦੋ ਹੀ ਗੱਲਾਂ ਨੇ, ਜਾਂ ਤਾਂ ਸਰਕਾਰ ਆਪਣਾ ਫਰਜ਼ ਨਿਭਾਊਗੀ, ਆਪਣੀ ਕਾਰਵਾਈ ਕਰੂਗੀ, ਜਾਂ ਫਿਰ ਸਰਕਾਰ ਇਸ ਧਰਤੀ ਦੇ ਉੱਤੇ ਚੱਲ ਨਹੀਂ ਸਕੂ। ਕੈਪਟਨ ਅਮਰਿੰਦਰ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਹੋਈ ਹੈਗੀ ਸੀ, ਉਸ ਨੂੰ ਲੈ ਕੇ ਉਹਨਾਂ ਨੇ ਕੁਝ ਦੱਸਿਆ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਜਾਂਚ ਜਿਹੜੀ ਹੈਗੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ? ਕਿਉਂਕਿ ਜੇ ਆਪਾਂ ਗੱਲ ਕਰੀਏ ਪਿਛਲੇ ਕੁਝ ਦਿਨਾਂ ਤੋਂ ਤਾਂ ਡੇਰਾ ਪ੍ਰੀਮੀਅਮ ਉੱਤੇ ਵੀ ਜਿਹੜੀ ਜਾਂਚ ਜਿਹੜੇ ਘੇਰਾ ਜਿਹੜਾ ਹੈ ਉਹ ਚੱਲ ਰਿਹਾ ਹੈਗਾ। ਵੇਖੋ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਮੋਰਚਾ ਲਾ ਕੇ ਬੈਠੇ ਹੋਏ ਹਾਂ, ਸੰਗਤਾਂ 'ਚ ਬੜਾ ਉਤਸ਼ਾਹ ਹੈ ਅਤੇ ਮੈਂ ਸਮਝਦਾ ਹਾਂ ਕਿ ਪੂਰੀ ਦੀ ਪੂਰੀ ਜਿਹੜੀ ਸਿੱਖ ਕੌਮ ਹੈ ਦੇਸ਼ ਵਿਦੇਸ਼ ਵਿੱਚ ਵੱਸਦੀ ਹੈ, ਜਿੱਥੇ ਵੀ ਬੈਠੀ ਹੈ, ਬੱਚਾ ਬੱਚਾ ਕੌਮ ਦਾ ਇਸ ਮੋਰਚੇ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰ ਰਿਹਾ, ਆਪਣਾ ਤਿਲ ਫੁੱਲ ਇਹਦੇ ਵਿੱਚ ਪਾ ਰਿਹਾ ਅਤੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਜੋ ਸਾਡਾ ਸੁਪਨਾ ਸੀ ਕਿ ਸਾਰਾ ਪੰਥ ਜਿਹੜਾ ਹੈ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਾ ਹੋਊਗਾ, ਉਹ ਹੋ ਰਿਹਾ, ਮੈਂ ਸਮਝਦਾ ਹੋ ਗਿਆ ਅਤੇ ਇਹ ਸਾਡੀ ਬੜੀ ਵੱਡੀ ਜਿੱਤ ਆ। ਸਰਕਾਰ ਕੀ ਕਰਦੀ ਹੈ, ਸਰਕਾਰ ਨੇ ਕੀ ਕੀਤਾ ਜਾਂ ਕੀ ਕਰੂਗੀ, ਇਹ ਸਵਾਲ ਸਰਕਾਰ ਦੇ ਨੇ, ਇਹ ਸਾਡੇ ਨੇ, ਪਰ ਅਸੀਂ ਇਹ ਮੋਰਚਾ ਜਿੱਤ ਕੇ ਨਿਕਲਾਂਗੇ। ਬਹੁਤ ਕਿਰਪਾ ਸੰਗਤ ਦੀ, ਲੋਕ ਆਪਣੀਆਂ ਪਾਰਟੀਆਂ ਨੂੰ ਭੁਲਾ ਕੇ, ਆਪਣੇ ਧੜੇਬੰਦੀ ਨੂੰ ਭੁਲਾ ਕੇ, ਸਾਰੇ ਗਿਲੇ ਸ਼ਿਕਵੇ ਭੁਲਾ ਕੇ, ਵਹਿਮ ਭਰਮ ਭੁਲਾ ਕੇ ਦਿਲੋਂ ਆ ਰਹੇ ਨੇ ਇਸ ਮੋਰਚੇ ਦੇ ਵਿੱਚ ਅਤੇ ਬਹੁਤ ਦਿਨੋਂ ਦਿਨ ਜਿਹੜੀ ਸੰਗਤ ਦੀ ਗਿਣਤੀ ਵੱਧ ਰਹੀ ਹੈ ਅਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਜਿਹੜੇ ਨਹੀਂ ਪਹੁੰਚੇ, ਸਾਨੂੰ ਆਸ ਆ ਕਿ ਬਹੁਤ ਜਲਦੀ ਪਹੁੰਚਣਗੇ। ਇਹ ਜਿਹੜਾ ਬਰਗਾੜੀ ਵਾਲਾ ਮੋਰਚਾ ਇਹ ਇਤਿਹਾਸਕ ਮੋਰਚਾ ਹੋਊਗਾ। ਇਹ ਅਸੀਂ ਇੱਥੇ ਇਸ ਕਰਕੇ ਲਾਇਆ ਹੈ ਕਿ ਇਸ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼ੁਰੂ ਹੋਈ ਸੀ, ਇੱਥੇ ਝਗੜਾ ਹੋਇਆ ਸੀ, ਅਸੀਂ ਫੈਸਲਾ ਵੀ ਇੱਥੇ ਚਾਹਵਾਂਗੇ, ਹੁਣ ਪੰਚਾਇਤ ਵੀ ਇੱਥੇ ਬੈਠੂਗੀ, ਇੱਥੇ ਹੀ ਨਿਆਂ ਹੋਊਗਾ। ਜਦ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਆਰੋਪੀਆਂ ਨੂੰ ਜਿਹੜਾ ਜਿਹਨਾਂ ਨੇ ਕੀਤਾ ਨਹੀਂ ਫੜੇ ਜਾਂਦੇ ਹੈਗੇ, ਉਦੋਂ ਤੱਕ ਇਹ ਮੋਰਚਾ ਲਗਾਤਾਰ ਜਾਰੀ ਰਹੂਗਾ? ਬਿਲਕੁਲ ਜੀ, ਇਹ ਮੋਰਚਾ ਇੱਥੋਂ ਚੁੱਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਮੋਰਚਾ ਉਦੋਂ ਹੀ ਚੁੱਕਿਆ ਜਾਊਗਾ ਜਦੋਂ ਅਸੀਂ ਜਿੱਤ ਲਿਆ, ਫਿਰ ਚੁੱਕਾਂਗੇ ਮੋਰਚਾ। ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬੀ ਜਿਹੜੇ ਹੈਗੇ ਆ ਅੱਜ ਕੱਲ੍ਹ ਰੈਫਰੈਂਡਮ 2020 ਨੂੰ ਲੈ ਕੇ ਇੱਕ ਮਤ ਹੋ ਰਹੇ ਹੈਗੇ ਆ, ਤੁਸੀਂ ਕੀ ਵਿਚਾਰ ਰੱਖਦੇ ਹੋ ਰੈਫਰੈਂਡਮ 2020? ਇਹ ਜਿਹੜਾ ਰੈਫਰੈਂਡਮ 2020 ਹੈ ਇਹ ਅੱਜ ਦਾ ਮੁੱਦਾ ਨਹੀਂ ਗਾ ਜੀ। ਜਿਹੜੀਆਂ ਸਾਡੇ 3 ਮੰਗਾਂ ਨੂੰ ਮੁੱਖ ਰੱਖ ਕੇ ਅਸੀਂ ਲਾਇਆ, ਸਾਨੂੰ ਇਹ ਕਰ ਲੈਣ ਦਿਓ, ਫਿਰ ਹਾਂ ਜਿਹੜੀਆਂ ਗੱਲਾਂ ਬਾਅਦ ਵਿੱਚ ਆਪਾਂ ਕਰਾਂਗੇ। ਅੱਛਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜੇ ਤੁਹਾਨੂੰ ਕੋਈ ਮਤਲਬ ਨਹੀਂ, ਜਿਵੇਂ ਪਹਿਲਾਂ ਕਹਿ ਰਹੇ ਸੀ ਡੇਰਾ ਪ੍ਰੇਮੀ ਉਹਦੇ ਵਿੱਚ ਹੋ ਸਕਦੇ ਨੇ, ਪਰ ਹੁਣ ਜਿਹੜਾ ਕਹਿ ਰਿਹਾ ਕਿ ਇਸ ਤਰ੍ਹਾਂ ਦਾ ਕੁਛ ਵੀ ਜਿਹੜਾ ਹੈਗਾ ਨਹੀਂ ਮਿਲਿਆ ਹੈਗਾ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਮੋਰਚਾ ਜਿਹੜਾ ਹੈਗਾ ਹੋਰ ਜਿਹੜੀ ਸਿੱਖ ਜਨ ਸੰਗਤ ਹੈਗੀ ਆ ਜਾਂ ਰਾਜਨੀਤਿਕ ਦਲ ਜਿਹੜੇ ਹੈਗੇ ਉਹਨਾਂ ਨੂੰ ਨਾਲ ਲਓਗੇ ਇਸ ਨੂੰ ਲੈ ਕੇ? ਸਾਡੇ ਨਾਲ ਸਾਰੇ ਰਾਜਨੀਤਿਕ ਦਲ ਆ, ਪੂਰੀ ਸਿੱਖ ਸੰਗਤ ਆ, ਸਾਰੀਆਂ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖ ਕੇ ਇੱਥੇ ਆਈਆਂ ਅਤੇ ਕੋਈ ਐਸਾ ਕਾਰਨ ਨਹੀਂ ਹੈਗਾ ਕਿ ਮੋਰਚਾ ਫੇਲ ਹੋਊਗਾ। ਕੈਪਟਨ ਦੀ ਸਰਕਾਰ ਨੂੰ 18 ਮਹੀਨੇ ਹੋ ਚੁੱਕੇ ਹੈਗੇ ਆ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਹੈ, ਕਿਸ ਤਰ੍ਹਾਂ ਲੈਂਦੇ ਹੋ? ਤੁਹਾਡੇ ਸਾਹਮਣੇ ਹੋਊਗੀ, ਤੁਸੀਂ ਆਉਣ ਵਾਲੇ ਸਮੇਂ 'ਚ ਵੇਖਿਓ ਕਿਉਂ ਨਾ ਹੋਊਗੀ ਕਾਰਵਾਈ। ਜਦੋਂ ਅਸੀਂ ਦਿਲ ਤੋਂ ਮੋਰਚਾ ਲਾਇਆ ਅਤੇ ਗੁਰੂ ਵਾਸਤੇ ਮੋਰਚਾ ਲਾਇਆ, ਇਹਦੇ ਪਿੱਛੇ ਕਿਸੇ ਪਾਰਟੀ ਦਾ ਕਿਸੇ ਬੰਦੇ ਦਾ ਸਵਾਰਥ ਨਹੀਂ ਹੈ, ਫਿਰ ਸਫਲਤਾ ਕਿਉਂ ਨਾ ਹੋਊਗੀ, ਕਿਉਂ ਨਾ ਕਾਰਵਾਈ ਹੋਊਗੀ, ਕਰਨੀ ਪਊਗੀ ਜਿਵੇਂ ਮੈਂ ਦੱਸਿਆ, ਜਾਂ ਤਾਂ ਕਾਰਵਾਈ ਕਰਨੀ ਪਊਗੀ ਨਹੀਂ ਤਾਂ ਕੁਰਸੀ ਨਹੀਂ ਰਹੂਗੀ।
ਸਾਡੇ ਨਾਲ ਬਲਜੀਤ ਸਿੰਘ ਦਾਦੋਵਾਲ ਜੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਦਾਦੋਵਾਲ ਸਾਹਿਬ ਲਗਾਤਾਰ ਅੱਜ 22ਵਾਂ ਦਿਨ ਹੋ ਚੁੱਕਿਆ ਹੈਗਾ ਇਸ ਮੋਰਚੇ ਨੂੰ ਲੱਗੇ ਨੂੰ, ਕਿਸ ਤਰ੍ਹਾਂ ਨੂੰ ਸਮਝਦੇ ਹੋ ਕਿ ਸਫਲਤਾ ਜਿਹੜੀ ਹੈਗੀ ਆ ਉਹ ਸਿੱਖ ਕੌਮ ਨੂੰ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ? ਦੇਖੋ ਅੱਜ ਜਿਹੜਾ ਇਨਸਾਫ ਮੋਰਚਾ 22ਵੇਂ ਦਿਨ 'ਚ ਦਾਖਲ ਹੋਇਆ, ਪਰ ਜਦੋਂ ਤੋਂ ਇਹ ਮੋਰਚਾ ਆਰੰਭ ਹੋਇਆ ਉਸ ਵੇਲੇ ਤੋਂ ਹੀ ਸਰਕਾਰ ਦੇ ਵਿੱਚ ਹਲਚਲ ਪੈਦਾ ਹੋ ਗਈ ਸੀ ਔਰ ਸਿੱਖ ਸੰਗਤਾਂ ਜਿਉਂ ਜਿਉਂ ਵੀ ਹੀਰਾਂ ਘੱਤ ਕੇ ਇੱਧਰ ਨੂੰ ਦੇਸ਼ ਵਿਦੇਸ਼ ਦੇ ਵਿੱਚੋਂ ਪਹੁੰਚ ਰਹੀਆਂ ਨੇ। ਗੁਰੂ ਦੀ ਕਿਰਪਾ ਦੇ ਨਾਲ ਅਸੀਂ ਸਫਲਤਾ ਦੇ ਨੇੜੇ ਹਾਂ। ਬਰਗਾੜੀ ਕਾਂਡ ਦੇ ਦੋਸ਼ੀ ਵੀ ਫੜੇ ਗਏ ਆ, ਪੁਲਿਸ ਨੇ ਜਿਹੜਾ ਹੈਗਾ ਸਟੇਟਮੈਂਟ ਵੀ ਦੇ ਦਿੱਤੀ, ਉਹਨਾਂ ਨੇ ਜੱਜ ਸਾਹਮਣੇ ਆਪਣੇ ਹਲਫੀਆ ਬਿਆਨ ਵੀ ਦੇ ਦਿੱਤੇ ਆ। ਕਿੰਨਾ ਲੋਕਾਂ ਨੇ ਮਹਾਰਾਜ ਸਾਹਿਬ ਦੇ ਸਰੂਪ ਚੋਰੀ ਕੀਤੇ, ਕਿੰਨਾ ਨੇ ਬੇਅਦਬੀ ਕੀਤੀ, ਉਹ ਸਾਰਾ ਸਾਹਮਣੇ ਆ ਚੁੱਕਿਆ। ਬਸ ਆਫੀਸ਼ਲੀ ਜਿਹੜਾ ਐਲਾਨ ਆ ਸਰਕਾਰ ਦਾ ਉਹ ਬਾਕੀ ਆ। ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਵੀ ਚੱਲ ਰਿਹਾ ਔਰ ਬਹਿਬਲ ਦੇ ਜਿਹੜੇ ਦੋਸ਼ੀ ਉਹਨਾਂ ਦਾ ਵੀ, ਸਾਨੂੰ ਲੱਗਦਾ ਵੀ ਆਉਣ ਵਾਲੇ 5-4 ਦਿਨਾਂ ਦੇ ਵਿੱਚ ਜਿਹੜੀ ਸਾਡੇ ਸਾਹਮਣੇ ਸਾਰੀ ਗੱਲ ਜਿਹੜੀ ਉਹ ਆ ਜਾਊਗੀ ਔਰ ਮੋਰਚਾ ਗੁਰੂ ਦੀ ਕਿਰਪਾ ਸੰਗਤਾਂ ਦੇ ਸਹਿਯੋਗ ਨਾਲ ਬਿਲਕੁਲ ਸਫਲ ਹੋਊਗਾ। ਕੈਪਟਨ ਅਮਰਿੰਦਰ ਸਿੰਘ ਨਾਲ ਵੀ ਤੁਹਾਡੀ ਮੁਲਾਕਾਤ ਹੋਈ ਹੈਗੀ ਸੀ, ਉਸ ਨੂੰ ਲੈ ਕੇ ਉਹਨਾਂ ਨੇ ਦੱਸਿਆ ਸੀ ਕਿ ਜਾਂਚ ਜਿਹੜੀ ਹੈਗੀ ਹੈ ਕਿੱਥੇ ਤੱਕ ਪਹੁੰਚੀ ਆ? ਦੇਖੋ ਪਹਿਲਾਂ ਤਾਂ ਸਾਰਾ ਕੁਝ ਸਾਇਲੈਂਟ ਹੀ ਪਿਆ ਸੀਗਾ। ਜਿਸ ਦਿਨ ਸਾਡੀ 6 ਜੂਨ ਨੂੰ ਮੁਲਾਕਾਤ ਹੋਈ ਮੁੱਖ ਮੰਤਰੀ ਪੰਜਾਬ ਦੇ ਨਾਲ, ਉਸੇ ਦਿਨ ਉਹਨਾਂ ਨੇ ਪਹਿਲਾਂ ਤੋਂ ਬਣੀ SIT DIG ਰਣਵੀਰ ਸਿੰਘ ਖੱਟੜਾ ਦੀ ਅਗਵਾਈ 'ਚ ਜਿਹੜੀ ਉਹਨੂੰ ਐਕਟਿਵ ਕੀਤਾ, ਉਹਦੇ ਹੱਥ ਖੋਲ੍ਹੇ ਤਾਂ ਉਹਨਾਂ ਨੇ ਦੂਜੇ ਤੀਜੇ ਦਿਨ ਹੀ ਦੋਸ਼ੀ ਜਿਹੜੇ ਸੀ ਉਹ ਗ੍ਰਿਫਤਾਰ ਕਰ ਲਏ, ਕਿਉਂਕਿ ਉਹ ਪਿਛਲੀ ਸਰਕਾਰ ਦੇ ਸਮੇਂ ਹੀ ਦੋਸ਼ੀਆਂ ਨੂੰ ਜਿਹੜਾ ਸੀਗਾ ਉਹ ਕਰ ਚੁੱਕੇ ਸੀਗੇ ਪਛਾਣ ਉਹਨਾਂ ਦੀ, ਪਰ ਸਰਕਾਰ ਨੇ ਰੋਕਿਆ ਹੋਇਆ ਸੀਗਾ। ਤਾਂ ਹੁਣ ਇਸ ਮੁਲਾਕਾਤ ਤੋਂ ਬਾਅਦ ਜਿਹੜਾ ਉਹ ਤੁਰੰਤ ਜਿਹੜੇ ਫੜੇ ਗਏ ਔਰ ਬੰਦੀ ਸਿੰਘਾਂ ਦੀਆਂ ਜਿਹੜੀਆਂ ਜੇਲ੍ਹ ਤਬਦੀਲੀਆਂ ਵਾਸਤੇ ਵੀ ਚਿੱਠੀਆਂ ਲਿਖੀਆਂ ਨੇ, ਜਿਹੜੇ ਆਉਣ ਵਾਲੇ ਦਿਨਾਂ 'ਚ ਸਾਰੀ ਗੱਲ ਜਿਹੜੀ ਆ ਉਹ ਸਾਡੇ ਸਾਹਮਣੇ ਆ ਜਾਊਗੀ। ਮੁੱਖ ਮੰਤਰੀ ਨੇ ਪੂਰੀ ਸ਼ਕਤੀ ਦੇ ਨਾਲ ਆਪਣੇ ਅਫਸਰਾਂ ਨੂੰ ਮੰਤਰੀਆਂ ਨੂੰ ਕਿਹਾ ਕਿ ਜੋ ਇਹ ਮੰਗਾਂ ਨੇ ਕਾਨੂੰਨੀ ਨੇ, ਕੋਈ ਗੈਰ ਕਾਨੂੰਨੀ ਨਹੀਂ ਆ, ਇਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ। ਦਾਦੋਵਾਲ ਸਾਹਿਬ, ਇਸ ਸਮੇਂ ਰੈਫਰੈਂਡਮ 2020 ਨੂੰ ਲੈ ਕੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਜ਼ਿਆਦਾ ਬੜੀ ਵੱਡੀ ਆਪਣਾ ਚਰਚਾ ਛਿੜ ਚੁੱਕੀ ਹੈਗੀ ਹੈ, ਤੁਹਾਡੀ ਨਿਗਾਹ ਦੇ ਵਿੱਚ ਰੈਫਰੈਂਡਮ 2020 ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ? ਦੇਖੋ ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਸਿੱਖਾਂ ਨੇ ਪਾਇਆ, ਪਰ 1947 ਤੋਂ ਹੀ ਹੁਣ ਤੱਕ ਸਿੱਖਾਂ ਨਾਲ ਵਧੀਕੀਆਂ ਹੋ ਰਹੀਆਂ ਨੇ। ਸਾਡੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ, ਹਜ਼ਾਰਾਂ ਨੇ ਲੱਖਾਂ ਬੇਦੋਸੇ ਸਿੱਖ ਸ਼ਹੀਦ ਕੀਤੇ, 84 ਦਾ ਕਤਲੇਆਮ ਸਾਡੇ ਸਾਹਮਣੇ ਆ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਡੇ ਸਾਹਮਣੇ ਆ, ਇਨਸਾਫ ਕੋਈ ਨਹੀਂ ਹੋ ਰਿਹਾ। ਅਤੇ ਜਦੋਂ ਇਨਸਾਫ ਨਾ ਮਿਲੇ ਤਾਂ ਇਹੋ ਜਿਹੀਆਂ ਮੰਗਾਂ ਜਿਹੜੀਆਂ ਨੇ ਉੱਠਦੀਆਂ ਨੇ। ਸਿੱਖ ਆਜ਼ਾਦ ਕੌਮ, ਸਿੱਖਾਂ ਦਾ ਰਾਜ ਰਿਹਾ, ਸਿੱਖ ਰਾਜ 'ਤੇ ਆ ਕੇ ਨੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਸੀ, ਅੰਗਰੇਜ਼ ਸਿੱਖਾਂ ਨੂੰ ਰਾਜ ਦੇ ਕੇ ਜਾਣਾ ਵੀ ਚਾਹੁੰਦੇ ਸੀਗੇ ਜੋ ਹੀ ਸਿੱਖਾਂ ਦਾ ਬਣਦਾ ਸੀ, ਪਰ ਸਾਡੇ ਉਸ ਵੇਲੇ ਆਗੂਆਂ ਨੇ ਪਤਾ ਨਹੀਂ ਉਹਨਾਂ ਦੀ ਕੀ ਜਿਹੜੀ ਸੀ ਉਹ ਢਲਿਆਈ ਰਹੀ, ਜਿਸ ਕਰਕੇ ਅਸੀਂ ਅੱਜ ਇਹਨਾਂ ਹਾਲਾਤਾਂ 'ਚੋਂ ਲੰਘ ਰਹੇ ਹਾਂ। ਅਤੇ ਜਦੋਂ ਜਿਸ ਦੇਸ਼ ਦੇ ਵਿੱਚ ਵਸਿੰਦਿਆਂ ਨੂੰ ਉਹਨਾਂ ਦਾ ਇਨਸਾਫ ਨਹੀਂ ਮਿਲਦਾ, ਘੱਟ ਗਿਣਤੀਆਂ ਨਾਲ ਜੋ ਇੱਥੇ ਧੱਕੇਸ਼ਾਹੀ ਹੋ ਰਹੀ, ਉਹਦੇ ਵਿੱਚੋਂ ਇਹੋ ਜਿਹੀਆਂ ਜਿਹੜੀਆਂ ਆਵਾਜ਼ਾਂ ਨੇ ਬਿਲਕੁਲ ਉੱਠਦੀਆਂ ਰਹਿੰਦੀਆਂ ਨੇ। ਜੇਕਰ ਸਾਨੂੰ ਇੱਥੇ ਹੱਕ ਨਹੀਂ ਆ ਤਾਂ ਫਿਰ ਇਹੋ ਜਿਹੀ ਆਵਾਜ਼ ਜਿਹੜੀ ਆ ਮੈਂ ਸਮਝਦਾ ਚਾਹੇ ਦੇਸ਼ 'ਚੋਂ ਉੱਠੇ ਚਾਹੇ ਵਿਦੇਸ਼ 'ਚੋਂ ਉੱਠਦੀ ਆ ਬਿਲਕੁਲ। ਤੁਹਾਨੂੰ ਲੱਗਦਾ ਕਿ ਉਰੇ ਦੇ ਵੀ ਸਿੱਖ ਜਿਹੜੇ ਹੈਗੇ ਇਸ ਨੂੰ ਸਪੋਰਟ ਕਰਨ? ਇਹ ਤਾਂ ਮੌਕਾ ਦੱਸੂਗਾ ਉਸ ਵੇਲੇ ਕਿ ਰੈਫਰੈਂਡਮ ਹੁੰਦਾ ਜਾਂ ਨਹੀਂ ਹੁੰਦਾ, ਅਤੇ ਉਸ ਵੇਲੇ ਜਿਹੜਾ ਹੈ ਸਿੱਖ ਜਿਹੜੇ ਉਹ ਸਪੋਰਟ ਕਰਦੇ। ਜਿਨ੍ਹਾਂ ਹਾਲਾਤਾਂ 'ਚੋਂ ਸਿੱਖ ਲੰਘ ਰਹੇ ਆ ਮੈਂ ਨਹੀਂ ਸਮਝਦਾ ਵੀ ਕੋਈ ਵੀ ਸਿੱਖ ਜਿਹੜਾ ਹੈਗਾ ਉਹ ਸਪੋਰਟ ਨਾ ਕਰੇ, ਕਿਉਂਕਿ ਜਿਨ੍ਹਾਂ ਹਾਲਾਤਾਂ ਅਸੀਂ ਲੰਘ ਰਹੇ ਹਾਂ ਜਾਂ ਸਾਨੂੰ ਸਰਕਾਰ ਭਾਰਤ ਸਰਕਾਰ ਜਿਹੜੀ ਆ ਸਾਡੇ ਹੱਕ ਜਿਹੜੇ ਆ ਉਹ ਸਾਡੇ ਹੱਕ ਮਹਿਫੂਜ਼ ਕਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਅਜੇ ਵੀ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਆਪਾਂ ਰੋਜ਼ ਦੇਖਦੇ ਹਾਂ ਕਿ ਖਬਰਾਂ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਆ, ਤੁਹਾਡੇ ਅਨੁਸਾਰ ਕਿਸ ਤਰੀਕੇ ਦੇ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ ਹੈਗੇ ਤਾਂ ਜੋ ਇਸ ਤਰ੍ਹਾਂ ਦੀ ਬੇਅਦਬੀ ਹੈ ਕੋਈ ਬੰਦਾ ਸੋਚ ਵੀ ਨਾ ਸਕੇ ਇਸ ਨੂੰ ਲੈ ਕੇ? ਦੇਖੋ ਇਹ ਬੇਅਦਬੀ ਦੀਆਂ ਘਟਨਾਵਾਂ 3 ਤਰ੍ਹਾਂ ਨਾਲ ਵਾਪਰਦੀਆਂ, ਇੱਕ ਤਾਂ ਕੁਦਰਤੀ ਆ, ਇੱਕ ਲਾਪਰਵਾਹੀ ਆ, ਅਤੇ ਇੱਕ ਜਾਣ ਬੁੱਝ ਕੇ ਆ। ਜਿਹੜੀਆਂ ਕੁਦਰਤੀ ਅਤੇ ਲਾਪਰਵਾਹੀ ਦੀਆਂ ਘਟਨਾਵਾਂ ਉਹ ਵੀ ਬਹੁਤ ਸਾਹਮਣੇ ਆਈਆਂ ਨੇ, ਅਤੇ ਤੀਸਰਾ ਜਿਹੜਾ ਜਾਣ ਬੁੱਝ ਕੇ ਆ ਉਹ ਵੀ ਸਾਡੇ ਸਾਹਮਣੇ ਆਈਆਂ ਨੇ ਕਿ ਜਾਣ ਬੁੱਝ ਕੇ ਕਿਸੇ ਵੀ ਜਗ੍ਹਾ 'ਤੇ ਸਖ਼ਤ ਸਜ਼ਾ ਨਹੀਂ ਦਿੱਤੀ ਗਈ, ਜਿਸ ਕਾਰਨ ਕਰਕੇ ਜਿਹੜਾ ਹੈਗਾ ਮੈਂ ਸਮਝਦਾ ਵਾਰ ਵਾਰ ਘਟਨਾ ਵਾਪਰੀਆਂ। ਜੇਕਰ 1-2 ਜਾਂ 2-4 ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਜਿਹੜੇ ਜਾਣ ਬੁੱਝ ਕੇ ਘਟਨਾਵਾਂ ਨੇ ਤੁਰੰਤ ਬੰਦ ਹੋ ਜਾਣਗੀਆਂ। ਜਾਣਕਾਰ ਅਨੁਸਾਰ 295 A ਨੂੰ ਵੀ ਬਦਲਣ ਦੀ ਮੰਗ ਕੀਤੀ ਗਈ ਹੈ ਕਿ ਇਸ ਦੀ ਜਗ੍ਹਾ ਕੋਈ ਸਖਤ ਕਾਨੂੰਨ ਹੋਣਾ ਚਾਹੀਦਾ ਹੈਗਾ। ਇਹ ਵੀ ਕਾਨੂੰਨ ਬਹੁਤ ਸਖਤ ਹੈ ਵੈਸੇ, ਪਰ ਇਹਦੀ ਅਸਲੀ ਸਹੀ ਰੂਪ 'ਚ ਵਰਤੋਂ ਨਹੀਂ ਹੁੰਦੀ। 295 A ਦੇ ਤਹਿਤ ਤੁਸੀਂ ਭਾਵੇਂ ਕਿਸੇ ਨੂੰ 10-20 ਸਾਲ ਤੱਕ ਬੰਦਾ ਜਿਹੜਾ ਹੈਗਾ ਅੰਦਰ ਰਹਿ ਸਕਦਾ, ਪਰ ਜੇ ਸਹੀ ਮਾਇਨਿਆਂ 'ਚ 295 A ਲੱਗੀ ਹੋਵੇ ਤਾਂ, ਜਿਹੜੀ 295 A ਇੱਥੇ ਲਾਈ ਜਾਂਦੀ ਆ
ਉਹ ਕੇਵਲ ਫਾਰਮੈਲਿਟੀ ਉਹ 295 ਦੀ ਤਾਂ ਥਾਣੇ 'ਚ ਜ਼ਮਾਨਤ ਹੋ ਜਾਂਦੀ ਹੈ। ਜਦੋਂ ਤੁਸੀਂ ਪੂਰਾ ਸਰਕਾਰ ਨੂੰ ਪੁੱਛ ਕੇ ਜੋ ਤਰੀਕੇ ਨਾਲ ਲੱਗਦੀ ਹੈ ਉਸ ਤਰੀਕੇ ਨਾਲ ਲੱਗੀ ਹੋਵੇ ਤਾਂ ਬੰਦਾ ਜਿਹੜਾ ਛੁੱਟ ਨਹੀਂ ਸਕਦਾ। ਕਾਨੂੰਨ ਉਹੀ ਹੈ ਪਰ ਉਹਦੀ ਵਰਤੋਂ ਸਹੀ ਨਹੀਂ ਹੈ। ਬਰਗਾੜੀ ਦਾ ਮੋਰਚਾ ਤੁਸੀਂ ਦੇਖਿਆ ਕਿ ਪਿਛਲੇ 22 ਦਿਨ ਤੋਂ ਸਿੱਖ ਸੰਗਤ ਇਸ ਜਗ੍ਹਾ ਉੱਤੇ ਬਰਗਾੜੀ ਦੀ ਜਗ੍ਹਾ ਉੱਤੇ ਮੋਰਚੇ ਉੱਤੇ ਲੱਗੀ ਹੋਈ ਹੈਗੀ ਹੈ। ਮੋਰਚਾ ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਲਗਾਤਾਰ ਜਿਹੜੀ ਆ ਉਰੇ ਪਹੁੰਚ ਰਹੀ ਹੈ। 22 ਦਿਨਾਂ ਤੋਂ ਸੈਂਕੜੇ ਦੀ ਤਾਦਾਦ ਦੇ ਵਿੱਚ ਨੇੜੇ ਦੇ ਪਿੰਡਾਂ ਦੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਰੇ ਇਕੱਤਰ ਹੁੰਦੇ ਨੇ ਅਤੇ ਉਰੇ ਢਾਡੀ ਵੀਰਾਂ ਵੱਲੋਂ ਜਿਹੜਾ ਹੈਗਾ ਉਹ ਕੀਰਤਨ ਕੀਤਾ ਜਾਂਦਾ ਹੈਗਾ, ਜਿਹਦੇ ਵਿੱਚ ਵੱਖ ਵੱਖ ਜਥੇਬੰਦੀਆਂ ਤੋਂ ਨੁਮਾਇੰਦੇ ਜਿਹੜੇ ਹੈਗੇ ਉਹ ਆਪਣੇ ਵਿਚਾਰ ਵਿਮਰਸ਼ ਰਹਿੰਦੇ ਨੇ। ਜਿਵੇਂ ਕਿ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਬਾਬੂਵਾਲ ਉਹਨਾਂ ਨੇ ਜਿਵੇਂ ਕਿਹਾ ਕਿ ਇਹ ਮੋਰਚਾ ਜਿਹੜਾ ਹੈਗਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਆਰੋਪੀਆਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਇਹ ਧਰਨਾ ਜਾਂ ਇਹ ਮੋਰਚਾ